ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਈ ਸੁਖਵਿੰਦਰ ਸਿੰਘ ਸੰਗਾ ਜੀ ਦੀ ਇੱਕ ਮਾਝੇ ਦੇ ਇਲਾਕੇ ਦੇ ਵਿੱਚ ਬਹੁਤ ਹੀ ਪ੍ਰਚਲਿਤ ਘਟਨਾ ਹੈ ਕਿ ਮਾਝੇ ਪਿੱਖੀਵੈਂਡ ਏਰੀਏ ਦੇ ਵਿੱਚ ਸੁਖਵਿੰਦਰ ਸਿੰਘ ਸੰਗਾ ਸਾਥੀ ਵਿਕਰਮਜੀਤ ਸਿੰਘ ਨਾਰਲਾ ਦੇ ਕੁਝ ਹੋਰ ਸਿੰਘਾਂ ਦੇ ਨਾਲ ਬਿਚਰ ਰਿਹਾ ਸੀ ਸੂਰਜ ਛੁਪਣ ਦਾ ਬੇਲਾ ਸੀ ਕੁਝ ਗੱਬਰੂ ਸਾਥ ਦੇ ਵਿੱਚ ਬੈਠੇ ਸਨ ਉੱਥੇ ਸੰਗਾ ਵੀ ਪਹੁੰਚ ਗਿਆ ਸਾਲਿਆਂ ਨੂੰ ਪਿਆਰ ਮੁਹੱਬਤ ਨਾਲ ਸਕੇ ਪ੍ਰਾਮਾ ਦੇ ਬਾਗ ਮਿਲਿਆ ਸਿੱਖ ਗੱਬਰੂਆਂ ਦੇ ਵਿੱਚ ਕੁਝ ਹਿੰਦੂ ਨੌਜਵਾਨ ਵੀ ਸ਼ਾਮਿਲ ਸਨ ਸੰਗੇ ਦਾ ਬਿਹਾਰ ਵੇਖ ਕੇ ਉਹਨਾਂ ਦੇ ਮਨਾਂ ਤੇ ਪਿਆਰ ਡਰ ਸੰਗੇ ਦਾ ਲਹਿ ਗਿਆ ਪਵਨ ਕੁਮਾਰ ਨਾ ਦਾ ਗੱਭਰੂ ਕਹਿੰਦਾ ਭਾਜੀ ਗੱਲ ਕਰਨੀ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਭਾਈ ਸੁਖਵਿੰਦਰ ਸਿੰਘ ਕਹਿੰਦਾ ਵੀਰ ਜੀ ਜੋ ਵੀ ਤੈਨੂੰ ਦੁੱਖ ਤਕਲੀਫ ਹੈ ਦੱਸ ਜੇ ਕੋਈ ਨਜਾਇਜ਼ ਤੰਗ ਕਰਦਾ ਹੈ ਤਾਂ ਵੀ ਦੱਸ ਪਵਨ ਕੁਮਾਰ ਸੰਗਾ ਦਾ ਹੱਥ ਫੜ ਕੇ ਪਾਸੇ ਲੈ ਗਿਆ ਤੇ ਕਹਿਣ ਲੱਗਾ ਭਾਜੀ ਤੇਰੇ ਤੇ 5 ਲੱਖ ਰੁਪਏ ਦੀ ਮੰਗ ਚਿੱਠੀ ਆਈ ਹੈ ਮੈਨੂੰ ਅਸੀਂ ਗਰੀਬ ਆ ਸਾਡੇ ਰਿਸ਼ਤੇਦਾਰ ਵੀ ਗਰੀਬ ਨੇ ਕਿੱਥੋਂ ਦਈਏ ਭਾਈ ਸੁਖਵਿੰਦਰ ਸਿੰਘ ਸੰਗਾ ਕਹਿੰਦਾ ਵੀਰ ਇਹ ਤੂੰ ਬਹੁਤ ਚੰਗਾ ਕੀਤਾ ਕਿ ਹੁਣ ਇਹ 5 ਲੱਖ ਰੁਪਏ ਦੀ ਮੰਗ ਵਾਲਾ ਮਸਲਾ ਹੱਲ ਕਰਕੇ ਅਸੀਂ ਦੱਸਾਂਗੇ ਕਿ ਲੋਕਾਂ ਨੂੰ ਅਸਲੀ ਸੁਖਵਿੰਦਰ ਸਿੰਘ ਸੰਗਾ ਅਤੇ ਉਸਦੇ ਨਾਂ ਤੇ ਫਰੂਤੀਆਂ ਲੈਣ ਵਾਲਾ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਵਾਲਾ ਕਿਹੜਾ ਸੰਘਾ ਹੈ ਇਸ ਗੱਲ ਦਾ ਸਖਤ ਨੋਟਿਸ ਲੈਂਦੇ ਆ ਭਾਈ ਸੰਗਾ ਨੇ ਜਿਸ ਕਰੋਂ 5 ਲੱਖ ਰੁਪਏ ਫਰੂਤੀ ਲੈਣ ਹੋਣਾ ਸੀ ਰਣਨੀਤੀ ਤਹਿਤ ਮੋਰਚੇ ਮਾਲੇ 8 ਲੁਟੇਰੇ ਕਮਾਂਡੋ ਜੋ ਪੁਲਸ ਕਪਤਾਨ ਦੇ ਗਨਮੈਨ ਦੱਸੇ ਜਾਂਦੇ ਹਨ ਮਿੱਥੇ ਦਿਨ ਦੇ ਕਾਰਨ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਗੋਲ ਪੱਗਾ ਬੰਨੀਆਂ ਹੋਈਆਂ ਸਨ ਤੇ ਮੋੜੇ ਤੇ ਅਸਾਲਟਾਂ ਤੇ ਚੋਲੀ ਕਸ਼ਾਰੇ ਵੀ ਪਾਈ ਹੋਏ ਸਨ ਤੇ ਪੇਸ ਤੋਂ ਜੁਜਾਰੂ ਸਿੰਘ ਹੀ ਲੱਗਦੇ ਸਨ ਉਸ ਸਮੇਂ ਕਰਵਾਲਿਆਂ ਨੇ ਢੇੜੇ ਦੇ ਵਿੱਚ ਮੰਜੇ ਦਾ ਦਿੱਤੇ ਉਹ ਬੈਠ ਗਏ ਕਰਦੇ ਮੈਂਬਰ ਪਹਿਲਾਂ ਹੀ ਸੁਰੱਖਿਅਤ ਥਾਂ ਤੇ ਚਲੇ ਗਏ ਸਨ ਜੋ ਦੋਕ ਮੌਜੂਦ ਸਨ ਉਹਨਾਂ ਗਿਆ ਕਿ ਬਾਬਾ ਕੰਮ ਤਾਂ ਹੋਇਆ ਪਿਆ ਪਰ ਥੋੜੀ ਜਹੀ ਕਸਰ ਰਹਿ ਗਈ ਫਿਰ ਲੈ ਜਾਣਾ ਅੱਗੇ ਤੋਂ ਸਾਡੇ ਤੇ ਮਿਹਰ ਰੱਖਣੀ ਉਹਨਾ ਜੋ ਫਰੋਤੀ ਲੈਣਾ ਸੀ ਉਹਨਾਂ ਨੂੰ ਪਰਿਵਾਰ ਨੇ ਆਖਿਆ ਖੈਰ ਚਾਹ ਪਾਣੀ ਛੱਕੇ ਜਾਣਾ ਗਵਾਨ ਦੇ ਵਿੱਚ ਭਾਈ ਸੰਗਾ ਦੇ ਸਾਥੀ ਉਸ ਸਮੇਂ ਟਾਈਗਰ ਟਾਈਗਰਜ਼ ਮੋਰਚੇ ਮਲੀ ਵੇਠੇ ਹਿਸਾਨ ਕਾਰਬਾਲੀਆਂ ਦੀ ਮਿਹਨਤ ਵਰਗੀ ਬੇਨਤੀ ਸੁਣ ਕੇ ਟੋਲੇ ਦਾ ਮੁਖੀ ਗਰਜਿਆ ਹਣਦਿਆ ਖਸਮਾ ਲੜਦੇ ਸਿੱਖਾਂ ਨੂੰ ਗੁਣਗੋਂਦੇ ਦਿੱਲੀ ਦੇ ਚਾਹ ਪਾਣੀ ਅਸੀਂ ਤੁਹਾਡੇ ਘਰੇ ਨਹੀਂ ਪੀਣਾ ਗੰਗੂ ਦੀ ਔਲਾਦੇ ਤੁਸੀਂ ਤੁਹਾਡੇ ਵੱਡਿਆਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਮੁਗਲ ਹਕੂਮਤ ਨੂੰ ਫੜਾ ਕੇ ਸ਼ਹੀਦ ਕਰਾ ਦਿੱਤੇ ਸਾਨੂੰ ਤੁਸੀਂ ਕਹਦੋ ਬਖਸ਼ਿਆ ਹੁਣ ਪਾਈ ਸੁਖਵਿੰਦਰ ਸੰਗਾ ਦੇ ਸਾਥੀ ਟਾਈਗਰਾ ਨੇ ਵੀ ਮੌਕਾ ਸੰਭਾਲਦਿਆਂ ਨੇ ਆਪਣੀਆਂ ਅਸਾਲਟਾਂ ਦੇ ਮੂੰਹ ਖੋਲ ਦਿੱਤੇ ਤੜਤੜ ਦੀ ਆਵਾਜ਼ ਨਾਲ ਅੱਗ ਦੀਆਂ ਲਾਟਾਂ ਨਿਕਲੀਆਂ 5 ਲੱਖ ਦੀ ਫਰੋਤੀ ਲੈਣਾ ਨਕਲੀ ਖਾੜਕੂ ਕਰਦੇ ਬਿਹੜੇ ਦੇ ਮੰਜਿਆ ਉਤੇ ਤੜਪ ਤੜਪ ਕੇ ਮਾਰੇ ਗਏ ਕੋਜਮੇਂਟਾ ਦੀ ਚੀਕ ਪੁਕਾਰ ਤੋਂ ਬਾਅਦ 8 ਕਮਾਂਡੋ ਇਸ ਰੰਗਲੀ ਦੁਨੀਆ ਨੂੰ ਸਦਾ ਲਈ ਆਲਵਿਦਾ ਕਹਿ ਗਏ ਭਾਈ ਸੰਗਾ ਦੇ ਸਾਥੀਆਂ ਨੇ ਉਹਨਾਂ ਦੀ ਜਮਾਤ ਲਾਚੀ ਜਮਾਤ ਲਾਚੀ ਲਈ ਬੌਲਸ ਕਮਾਂਡੋ ਤੇ ਸਨਾਕਤੀ ਗਾਰਡ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਉਸ ਸਮੇਂ ਫਿਰ ਨਿਕਲੇ ਪਿੰਡ ਵਾਸੀ ਰਾਤ ਦੇ ਹਨੇਰੇ ਦੇ ਵਿੱਚ ਸੋਨੋਗੇ ਉਹਨਾਂ ਸਮਝਿਆ ਖਾੜਕੂਆਂ ਨੇ ਹਿੰਦੂ ਪਰਿਵਾਰ ਦਾ ਕਤਲ ਕਰ ਦਿੱਤਾ ਪਰ ਸੰਗੇ ਨੇ ਪਿੰਡ ਵਾਸੀਆਂ ਨੂੰ ਘਰਾਂ ਤੋਂ ਉਠਾ ਕੇ ਸੱਚਾਈ ਤੋਂ ਜਾਣੂ ਕਰਵਾਇਆ ਤੇ ਇਸ ਕਾਰਵਾਈ ਨਾਲ ਸੰਗੇ ਦੀ ਇਸ ਇਲਾਕੇ ਦੇ ਵਿੱਚ ਤੁਮ ਪੈ ਗਈ ਅਖਬਾਰਾਂ ਦੇ ਵਿੱਚ ਖਬਰ ਸੀ ਗਾਸਤ ਕਰ ਰਹੇ 8 ਕਮਾਂਡੋ ਆਤਵਾਦੀਆਂ ਨੇ ਇੱਕ ਹੱਥ ਲਾ ਕੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤੇ ਆਤਵਾਦੀਆਂ ਦੀ ਭਾਲ ਜਾਰੀ ਹੈ ਇਸ ਦਲੇਰਾਂ ਦਾ ਐਕਸ਼ਨ ਤੋਂ ਬਾਅਦ ਪਵਨ ਕੁਮਾਰ ਨੇ ਕਿਹਾ ਸੰਗਾ ਭਾਜੀ ਹੁਣ ਮੈਨੂੰ ਜ਼ਾਲਮ ਹਕੂਮਤ ਨੇ ਜਿਉਂਦੇ ਨੂੰ ਨਹੀਂ ਛੱਡਣਾ ਹੁਣ ਤਾਂ ਖਾਲਸਾ ਰਾਜ ਦੀ ਸ਼ਮਾਂ ਦਾ ਪ੍ਰਵਾਨਾ ਬਣ ਕੇ ਸ਼ਹੀਦ ਹੋਵਾਂਗਾ ਭਈ ਸੁਖਵਿੰਦਰ ਸਿੰਘ ਸੰਗਾ ਸਰਕਾਰੀ ਜ਼ੁਲਮ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸਨੇ ਪਵਨ ਕੁਮਾਰ ਨੂੰ ਪਵਨ ਕੁਮਾਰ ਨੂੰ ਆਪਣੀ ਪਿੰਡਰਾ ਵਾਲਾ ਟਾਈਗਰ ਫੋਰਸ ਵੀ ਸ਼ਾਮਿਲ ਕਰ ਲਿਆ ਪਵਨ ਕੁਮਾਰ ਅਮਰਿਤ ਸ਼ਾਕੇ ਸਿੰਘ ਸੱਜਗਿਆ ਤੇ ਪਾਈ ਬਲਕਾਰ ਸਿੰਘ ਟਾਈਗਰ ਫੋਰਸ ਨਾ ਦਾ ਜਾਵਾਜ ਫਿਰ ਜੋਦਾ ਹੋ ਨਿਬੜਿਆ ਖਾਲਸਾ ਰਾਜ ਦੀ ਸ਼ਮਾ ਦਾ ਪ੍ਰਵਾਨਾ ਸਿੰਘ ਸੰਘਰਸ਼ ਦੇ ਵਿੱਚ ਮਰਦਾਨਗੀ ਦੇ ਜੋਹਰ ਦਿਖਾਉਂਦਾ ਹੋਇਆ ਸੂਰਾਸੋ ਪਹਿਚਾਨੀਏ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕਟਾ ਕੇ ਸਿੱਖ ਸ਼ਹੀਦਾਂ ਦੀ ਕਤਾਰ ਦੇ ਵਿੱਚ ਆਪਣਾ ਨਾਂ ਸਦਾ ਦੇ ਲਈ ਚਮਕਾ ਗਿਆ ਪਾਈ ਸੁਖਵਿੰਦਰ ਸਿੰਘ ਸੰਗਾ ਪਾਰਸੀ ਜਿਹੜਾ ਵੀ ਉਸ ਨਾਲ ਛੋਇਆ ਉਹਨੂੰ ਹੀ ਸੋਨਾ ਬਣਾ ਗਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ